ਅਸਲਾਮ ਅਲੈਕਮ ਦੋਸਤੋ, ਤੁਸੀਂ ਵੇਖ ਰਹੇ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਵੀਰ ਨਦੀਮ ਖਰਲ ਰੋਜ਼ਾਨਾ ਦੀ ਬੇਸ ਤੇ ਤੁਹਾਡੇ ਵਾਸਤੇ ਨੀਲੀ ਰਾਵ ਦੇ ਬਿਹਤਰੀਨ ਮੱਝਾਂ ਤੇ ਗਾਵਾਂ ਫਰੀਦਨ ਕ੍ਰਾਸ ਆਸਟ੍ਰੇਲੀਅਨ ਲੈ ਕੇ ਹਾਜ਼ਰ ਹੁੰਦਾ। ਅੱਜ ਵੀ ਤੁਹਾਡੇ ਵਾਸਤੇ ਦੋ ਨੀਲੀ ਦੀਆਂ ਤੀਸਰੇ ਸੂ ਦੀਆਂ ਮੱਝਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਬੜੀਆਂ ਖੂਬਸੂਰਤ ਨੇ ਔਰ ਇਹ ਘਰ ਦੀਆਂ ਮੱਝਾਂ ਨੇ, ਵਪਾਰ ਦੀਆਂ ਨਹੀਂ ਨੇ। ਇੱਕ ਫਾਰਮਰ ਹੈ ਜਨਾਬ ਕਾਲੀ ਸਹੀ ਸਾਹਿਬ ਨੇ, ਉਹਨਾਂ ਦੇ ਘਰ ਦੀਆਂ ਮੱਝਾਂ ਉਹਨਾਂ ਨੇ ਵੇਚਣੀਆਂ ਨੇ ਤੇ ਮੈਨੂੰ ਉਹਨਾਂ ਨੇ ਮਿਹਰਬਾਨੀ ਕੀਤੀ ਤੇ ਫੋਨ ਕਰਕੇ ਬੁਲਾਇਆ ਔਰ ਇਹ ਸਾਰਾ ਨਿਜ਼ਾਮ ਕੀਤਾ। ਸਭ ਤੋਂ ਪਹਿਲਾਂ ਤੁਹਾਨੂੰ ਮੱਝ ਨੰਬਰ 1 ਦਿਖਾਵਾਂਗੇ, ਫਿਰ 2 ਦਿਖਾਵਾਂਗੇ, ਫਿਰ ਕਰ ਸਾਹਿਬ ਨੂੰ ਸਾਰਾ ਜੈਨੂਇਨ ਪੁੱਛਾਂਗੇ, ਦੁੱਧ, ਬੱਚੇ, ਸੂਈ ਕਦੋਂ, ਆਧਾ ਘਾਟਾ ਜੋ ਵੀ ਹੈ ਸਾਰਾ ਕਰਾਂਗੇ। ਸਭ ਤੋਂ ਪਹਿਲੇ ਕੈਮਰਾਮੈਨ ਸਾਹਿਬ, ਇਹ ਮੱਝ ਦਿਖਾਓ ਜੀ। ਇਹ ਮੱਝ ਜੀ ਬਿਲਕੁਲ ਸ਼ਾਹ ਵਾਲੀਆਂ ਅੱਖਾਂ ਨੇ, ਗੋਲ ਸਿੰਘ ਨੇ, ਲੇਕਿਨ ਥੋੜੇ ਜਿਹੇ ਖੁੱਲੇ ਨੇ। ਬਾਕੀ ਪੂਰੀ ਲੋਕੇਸ਼ਨ ਮੇਰਾ ਕੈਮਰਾਮੈਨ ਦਿਖਾ ਰਿਹਾ। ਇਹ ਬਿਲਕੁਲ ਸਸਤੇ ਮੁੱਲਾਂ ਦੇ ਘਰ ਦੀਆਂ ਮੱਝਾਂ ਨੇ ਔਰ ਬਰੀਕ ਨੇ, ਤੁਸੀਂ ਵੇਖਦੇ ਪਿਓ ਸਣ ਜਿਸ ਤਰ੍ਹਾਂ ਦੇ ਨੇ ਤੁਹਾਡੇ ਸਾਹਮਣੇ ਨੇ, ਦੁੱਧ ਜਿੰਨਾ ਹੈ ਉਹ ਤੁਹਾਡੇ ਸਾਹਮਣੇ। ਇਹ ਨੀਲੀ ਦੀਆਂ ਬ੍ਰਾਂਡ ਮੱਝਾਂ ਨੇ ਜੀ ਔਰ ਹੈ ਘਰ ਦੀਆਂ ਤਾਂ ਕਮਜ਼ੋਰ ਨੇ ਜੀ, ਵਪਾਰ ਦੀ ਹੁੰਦੀ ਤਾਂ ਚਿਲਕੀਆਂ ਛਲਕਾਈਆਂ ਖੜੀਆਂ ਹੁੰਦੀਆਂ। ਔਰ ਇਹ ਸਾਰਾ ਕੁਛ ਮੇਰੀ ਕੈਮਰੇ ਦੀ ਨਜ਼ਰ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਇਹ ਸਾਰਾ ਕੁਛ ਦਿਖਾ ਰਿਹਾ। ਤੇ ਨਾਲ ਹੀ ਆਪਾਂ ਕਾਰੀ ਸਾਹਿਬ ਨੂੰ ਪੁੱਛਦੇ ਜਾਣਾ ਕਿ ਕਰ ਸਾਹਿਬ ਇਹਨਾਂ ਦਾ ਮੁੱਲ ਕੀ ਹੈ, ਕੀ ਹਿਸਾਬ ਕਿਤਾਬ ਹੈ, ਦੱਸੋ ਕਿ ਨਹੀਂ। ਕਰ ਸਾਹਿਬ ਇੱਥੇ ਆਓ। ਹਾਂ ਇਹ ਅੱਛਾ, ਅਸਲਾਮ ਅਲੈਕਮ। ਵਾਲੇਕੁਮ ਅਸਲਾਮ। ਕਰ ਸਾਹਿਬ ਕੀ ਹਾਲ ਹੈ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ। ਕਰ ਸਾਹਿਬ ਨਾਂ ਦੱਸੋ ਪਹਿਲੇ। ਕਾਰੀ ਮੁਹੰਮਦ ਸਈਦ ਪੀਰ ਬੋਦਲਾ ਜੀ। ਕਾਰੀ ਮੁਹੰਮਦ ਸਈਦ ਸਾਹਿਬ ਪੀਰ ਬੋਦਲਾ ਸਾਹਿਬ, ਅੱਛਾ ਇਹ ਦੱਸੋ ਕਾਰੀ ਸਾਹਿਬ, ਜਿਹੜੀ ਇਹ ਮੈਂ, ਇਹ ਕਿੰਨੇ ਦਿਨ ਦੀ ਸੂਈ ਹੋਈ? ਇਹਨੂੰ ਜੀ ਅੱਜ ਤੀਸਰਾ ਦਿਨ। ਕਰ ਸਾਹਿਬ ਹੁਣ ਦੁੱਧ ਜਿਹੜਾ ਫਾਈਨਲ ਆਪਾਂ ਚੁਆ ਕੇ ਜਾਣਾ ਉਹ ਕਿੰਨਾ? ਦੋ ਟਾਈਮ ਦਾ ਸਾਡੇ ਜੀ ਅਜੇ ਤੱਕ ਤਾਜ਼ੀ ਸੂਈ ਹੈ, ਕਿਉਂਕਿ ਅਸੀਂ ਇਹਨੂੰ ਤਾਜ਼ੀਆਂ ਨੂੰ ਖੁਰਾਕ ਨਹੀਂ ਪਾਉਂਦੇ। ਬਿਲਕੁਲ। ਤੇ ਇਹਦੇ ਦੁੱਧ ਦੋ ਟਾਈਮ ਦਾ ਜੀ, 7 ਕਿਲੋ ਤੇ ਇਨਸ਼ਾਅੱਲਾ 10 ਲੀਟਰ ਤੱਕ ਜਾਵੇਗੀ। 10 ਲੀਟਰ ਤੱਕ ਜਾਵੇਗੀ ਜੀ ਜੀ, ਇਨਸ਼ਾਅੱਲਾ ਦੋ ਟਾਈਮ 10 ਲੀਟਰ ਦੁੱਧ ਕਰੇਗੀ। ਕਰ ਸਾਹਿਬ ਮਕੂਲ ਦੀ ਜਿਹੜੀ ਕੀਮਤ ਹੈ ਉਹ ਦੱਸੋ। ਇਹਦਾ ਜੀ ਮਕੂਲ ਹੈ ਜਿਹੜਾ ਜੀ 60,000 ਰੁਪਇਆ ਮੁੱਲ ਕਰਦਾ। 1,60,000 ਕੋਈ ਲੈ ਲਓ। ਅੱਛਾ 1,60,000 ਰੁਪਏ ਮੁੱਲ। ਅੱਜ ਸਾਹਿਬ ਇਹਦੇ ਚ ਮੁਹੱਬਤ ਪਿਆਰ ਵੀ ਹੈ ਕੋਈ? ਇਨਸ਼ਾਅੱਲਾ ਥੋੜਾ ਬਹੁਤ ਕੋਈ, ਥੋੜਾ ਬਹੁਤ ਮਤਲਬ ਵਪਾਰੀਆਂ ਰੇਟ ਤੇ ਨਹੀਂ ਨਾ, ਵਪਾਰੀ ਡਰਾ ਦਿਓ ਨਹੀਂ ਬਾਬਾ ਜੀ। ਅਸੀਂ ਨਾ ਇਹਦਾ 2 ਲੱਖ ਮੰਗੀਏ ਜੀ, ਸਾਡੇ ਅਸੀਂ ਘਰੇਲੂ ਲੋਕ ਹਾਂ ਜੀ, ਅਸੀਂ ਉਹ ਮੁੱਲ ਨਹੀਂ ਕਰਦੇ ਪਟਾਣਾ ਵਾਲੀ ਜੀ, ਬਾਅਦ ਚ 2 ਲੱਖ ਮੰਗ ਲੈ ਮੁਸੀਬਤ ਬਣੀ ਰਵੇ। 1,60,000 ਰੁਪਏ ਮੁੱਲ ਹੈ, 7 ਕਿਲੋ ਦੋ ਟਾਈਮ ਦਾ ਇਹਦੇ ਕੋਲ ਦੁੱਧ ਹੈ। ਕਾਹ ਸਾਹਿਬ ਕਹਿ ਰਹੇ ਨੇ ਕਿ 10 ਕਿਲੋ ਤੱਕ ਇਹ ਜਾਏਗੀ। ਇਹਦੀ ਮੁਹੱਬਤ ਪਿਆਰ ਥੋੜਾ ਥੋੜਾ ਹੈ, ਕਰ ਸਕਦੇ ਫੀਸ ਆਦਮੀ ਤੁਸੀਂ ਵੇਖਦੇ ਪਿਆ ਜੇ, ਉਸ ਹਿਸਾਬ ਨਾਲ ਉਹਨਾਂ ਨੇ ਮੁੱਲ ਵੀ ਕੀਤੇ ਨੇ। ਔਰ ਇਸ ਤੋਂ ਬਾਅਦ ਜਨਾਬ ਇਹ ਕਿਆ ਬੂਰੀ ਸ਼ਾਹ ਵਾਲੀਆਂ ਅੱਖਾਂ ਨੇ ਜਨਾਬ, ਬੱਲਾ ਮੱਥਾ, ਮੂੰਹ ਸਫੈਦ ਹੈ, ਬੱਗੀ ਨਾਸ ਹੈ ਇਹਦੀ। ਔਰ ਬਿਲਕੁਲ ਪੂਰੀ ਲੋਕੇਸ਼ਨ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਇਹ ਦਿਖਾ ਰਿਹਾ। ਇਹ ਵੀ ਤੀਸਰੇ ਸੂ ਦੀ ਮੱਝ ਹੈ, ਸਿਰ ਖੁੰਡਾ ਹੈ ਔਰ ਪੂਰੀ ਬਰੀਕ ਚਮੜੀ ਦੀ ਹੈ। ਪਿਛਲੇ ਪੈਰ ਦੋਵੇਂ ਚਿੱਟੇ ਨੇ, ਅਗਲੇ ਵੀ ਦੋਵੇਂ ਚਿੱਟੇ ਨੇ, 5 ਕਲਿਆਣ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਮੱਥਾ ਬੱਲਾ ਇਹਦਾ, ਅਗੂ ਨਾਸ ਵੀ ਇੱਕ ਚਿੱਟੀ ਹੈ, ਬੱਗੀ ਮੁੱਛ ਹੈ। ਔਰ ਇਹ ਸਾਰਾ ਕੁਛ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਤਸੱਲੀ ਦੇ ਨਾਲ। ਥਣ ਪੂਰੇ ਲੋਟੋਆਂ ਰੰਗੇ ਨੇ, ਸੋਹਣੇ ਨੇ ਔਰ ਪੂਰੀਆਂ ਬਿਰਲਾ ਨੇ। ਪਿੱਛੇ ਹਵਾਨਾ ਵੀ ਚੰਗਾ ਲਈ ਖੜੀ ਹੈ, ਗਰੀਬਾਂ ਘਰਾਂ ਦੀਆਂ ਮੱਝਾਂ ਅਗਰ ਇਹਨਾਂ ਹਵਾਨਾ ਲੈ ਲੈਣ ਤੇ ਫਿਰ ਇਹ ਵਪਾਰੀਆਂ ਕੋ ਹੋਣਗੀਆਂ ਤਾਂ ਕੀ ਹਿਸਾਬ ਕਿਤਾਬ ਹੋਏਗਾ। ਇਹ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਇੱਕ ਇੱਕ ਚੀਜ਼ ਦਿਖਾ ਰਿਹਾ ਇਸ ਬੁਰੀ ਮੈਂ ਦੀ। ਇਹਦਾ ਵੀ ਤੀਸਰਾ ਸੂ ਹੈ ਔਰ ਇਹ ਮੈਂ ਦੀਆਂ ਬਿਰਲਾਂ ਔਰ ਥਣ ਚੱਡਾ ਤੁਸੀਂ ਵੇਖਦੇ ਪਿਓ, ਬੜੀ ਖੂਬਸੂਰਤੀ ਨਾਲ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ। ਅੱਛਾ ਹਵਾਨਾ ਹੈ ਲੇਕਿਨ ਇਨਸ਼ਾਅੱਲਾ ਇਹ ਦੁੱਧ ਵੀ ਚੰਗਾ ਕਰੇਗੀ। ਬੱਚਿਆਂ ਦੀ ਨਿਸ਼ਾਨਦੇ ਮੈਂ ਕਰ ਸਕਦਾ, ਕਾਲੀ ਮੈਂ ਦਾ ਬੱਚਾ, ਇਹ ਬੱਚਾ ਇਹ ਪਹਿਲੇ ਨੰਬਰ ਵਾਲੀ ਮੈਂ ਦਾ ਬੱਚਾ ਹੈ ਜੀ। ਇਹ 3 ਦਿਨ ਦੀ ਸੂਈ ਹੋਈ ਹੈ, ਇਹਦਾ ਮਗਰ ਕੱਟਾ ਹੈ ਮੇਰਾ ਖਿਆਲ। ਹਾਂਜੀ ਕੱਟਾ ਹੈ, ਪਹਿਲੇ ਨੰਬਰ ਵਾਲੀ ਮੈਂ ਦੇ ਪਿੱਛੇ ਕੱਟਾ ਹੈ ਤੇ ਬੂਰੀ ਮੈਂ ਦੇ ਪਿੱਛੇ ਕੱਟੀ ਹੈ ਜੀ। ਕੱਟਾ ਹੈ, ਕੱਟਾ ਹੈ। ਅੱਛਾ ਇਹਦੇ ਪਿੱਛੇ ਵੀ ਇਹ ਕੱਟਾ ਹੈ, ਇਹ 3-3 ਦਿਨ ਦੀ ਸੂਈ ਹੈ, ਕੱਟਾ 5 ਕਲਿਆਣ। 2 ਦਿਨ ਆ ਗਏ ਇਹਨੂੰ, 2 ਦਿਨ ਹੋ ਗਿਆ ਉਹਨੂੰ, 3 ਦਿਨ ਹੋ ਗਏ। ਕੱਟਾ ਵੀ 5 ਕਲਿਆਣ ਹੈ, ਚਾਰੇ ਪੈਰ ਚਿੱਟੇ ਨੇ ਕੱਟੇ ਦੇ, ਬੂਰਾ ਕੱਟਾ ਹੈ, 5 ਕਲਿਆਣ ਹੈ, ਚਾਰੇ ਪੈਰ ਚਿੱਟੇ ਨੇ। ਔਰ ਇਹ ਜਨਾਬ ਕਰ ਸਾਹਿਬ ਨੂੰ ਆਪਾਂ ਇੱਥੇ ਪੁੱਛ ਲੈਨੇ ਕਿ ਕਰ ਸਾਹਿਬ ਉਹਦਾ ਮੁੱਲ ਕੀ ਹੈ, ਕੀ ਹਿਸਾਬ ਕਿਤਾਬ ਹੈ, ਇਹ ਸਾਰਾ ਕੁਛ ਮੈਂ ਕਰ ਸਾਹਿਬ ਨੂੰ ਇੱਥੇ ਪੁੱਛਣਾ ਜੀ। ਕਰ ਸਾਹਿਬ ਜਿਹੜੀ ਬੂਰੀ ਮੈਂ ਜੀ, ਉਹਦੀ ਪੱਕੀ ਪਿੱਠੀ ਜੀ ਗੱਲ ਕਰੋ, ਡਿਟੇਲ ਦਿਓ, ਦੁੱਧ ਕਿੰਨਾ? ਉਹਦੇ ਜੀ ਦੁੱਧ ਇਸ ਟਾਈਮ ਜੀ 9 ਕਿਲੋ ਹੈ, 2 ਦਿਨ ਹੋ ਗਿਆ ਸੂਈ ਨੀ ਜੀ। ਦੋ ਟਾਈਮ ਦੇ ਜੱਗ ਸਮੈਲ, ਜੱਗ ਵਾਲਾ ਨਹੀਂ ਜੀ, ਠੰਡਾ ਦੁੱਧ ਜੀ, ਠੰਡਾ ਦੁੱਧ 9 ਕਿਲੋ ਜੀ ਜੀ। ਇਨਸ਼ਾਅੱਲਾ ਇਹ ਕਮ ਕਮ 14 ਲੀਟਰ ਤੱਕ ਮੈਂ ਠੰਡਾ ਦੁੱਧ ਕਰੇਗੀ ਤੇ ਗਰਮ ਤੇ ਆਪੇ 16-17 ਕਿਲੋ ਕਰੇਗੀ ਇਨਸ਼ਾਅੱਲਾ। ਮੈਂ ਬਹੁਤ ਦੁੱਧ ਵਾਲੀ, ਬਹੁਤ ਦੁੱਧ ਵਾਲੀ। ਹਾਂਜੀ ਸਰ, ਇਹਦਾ ਮੁਹੱਬਤ ਪਿਆਰ ਵਾਲਾ ਮੁੱਲ ਇਹਦਾ 1,80,000 ਰੁਪਏ। 1,80,000 ਰੁਪਏ ਮੁਹੱਬਤ ਪਿਆਰ ਹੋਏਗਾ, ਕੋਈ ਥੋੜਾ ਬਹੁਤ ਉਨੀ ਵੀ ਕਰ ਲਾਂਗੇ, ਉਨੀ ਵੀ ਇਸ ਜ਼ਿਆਦਾ ਨਹੀਂ ਜੀ ਜੀ, ਇਸ ਜ਼ਿਆਦਾ ਨਹੀਂ। ਅੱਛਾ ਜੀ, 1,80,000 ਰੁਪਏ ਮੁੱਲ ਕਰ ਸਾਹਿਬ ਨੇ ਕੀਤਾ, 9 ਕਿਲੋ ਦੁੱਧ ਠੰਡਾ ਅਸੀਂ ਇਸ ਟਾਈਮ ਚੁਆ ਕੇ ਤੁਹਾਨੂੰ ਦੇਣਾ, 2 ਟਾਈਮ ਦਾ। ਪਿੱਛੇ ਕੱਟਾ ਹੈ, 3 ਦਿਨ ਦੀ ਜਾਂ 2 ਦਿਨ ਦੀ ਸੂਈ ਹੋਈ ਮੱਝ, ਤੀਸਰੇ ਸੂ ਦੀਆਂ ਕਰ ਸਾਹਿਬ ਦੋਵੇਂ ਮੱਝਾਂ ਨੇ। ਹਾਂਜੀ ਤੀਸਰੇ ਸੂ ਦੀਆਂ, ਇਹ ਘਰ ਦੀਆਂ ਮੱਝਾਂ ਨੇ ਜੀ। 1,80,000 ਰੁਪਏ ਮੁੱਲ ਬੂਰੀ ਮੱਝ ਦਾ ਕੀਤਾ ਕਰ ਸਾਹਿਬ ਨੇ, 9 ਕਿਲੋ ਦੁੱਧ ਠੰਡਾ ਹੈ,
ਬਾਕੀ ਜਿਹੜਾ ਦੁੱਧ ਇਨਸ਼ਾਲਾ ਕਰ ਸਾਹਿਬ ਕਹਿ ਰਹੇ 13-14 ਕਿਲੋ ਆਮ ਕਰੇਗੀ ਠੰਡਾ ਦੁੱਧ, ਔਰ ਉਸ ਤੋਂ ਬਾਅਦ ਬਾਕੀ ਨਸੀਬ ਮਾਲ ਜੋ ਕੁਛ ਪਾਓਗੇ ਵੰਡਾ ਛੰਡਾ ਪਾਵੇ ਤੇ ਮੁੰਡਾ 16-17 ਲੀਟਰ ਸਾਡੇ ਇਹੀ ਹਾਲ ਹੈ ਗਰੀਬਾਂ ਦਾ ਕਰੇ ਸਾਰਾ ਕੁਛ। ਉਮੀਦ ਹੈ ਮੇਰੀ ਅੱਜ ਵਾਲੀ ਜਿਹੜੀ ਵੀਡੀਓ ਤੁਹਾਨੂੰ ਬੇਹੱਦ ਪਸੰਦ ਆਏਗੀ, ਅਗਰ ਵੀਡੀਓ ਅੱਛੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇਗਾ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ, ਮਿਲਾਂਗੇ ਨਵੀਂ ਵੀਡੀਓ ਨਾਲ, ਅੱਲਾ ਨੇ ਕੇ ਬਾਅਦ।